ਆਓ ਅੱਜ ਆਪਾਂ ਮੁਸਵਰੀ ਨਾਲ ਚਿੱਤਰਕਾਰੀ ਨਾਲ ਰੰਗਾਂ ਨਾਲ ਸਾਂਝ ਪਾਈਏ। ਸਭ ਤੋਂ ਵੱਡਾ ਕਲਾਕਾਰ ਤਾਂ ਉਹ ਸਾਜਣਹਾਰ ਹੈ ਜਿਹਨੇ ਬ੍ਰਹਿਮੰਡ ਸਾਜਿਆ, ਜਿਹੜਾ ਹਰ ਪਲ ਨਵੀਂ ਚਿੱਤਰਕਾਰੀ ਨਵੇਂ ਰੰਗ ਦਿਖਾਉਂਦਾ ਹੈ ਸਾਨੂੰ। ਹਰ ਇੱਕ ਦੇਸ਼ ਵਿੱਚ ਜਗ੍ਹਾ ਜਗ੍ਹਾ ਨਵੇਂ ਰੰਗ ਹਨ, ਨਵਾਂ ਦਿਨ ਚੜ੍ਹਦਾ ਹੈ। ਦਿਨ ਚੜ੍ਹਨ ਵੇਲੇ, ਦਿਨ ਛਿਪਣ ਵੇਲੇ ਕਿਆ ਕਮਾਲ ਹੁੰਦੀ ਹੈ, ਉਹ ਦੇਖਣ ਵਾਲਾ ਸੀਨ ਕਮਾਲ ਦਾ ਸੀਨ ਹੁੰਦਾ। ਸੋ ਇਹ ਅੱਜ ਅਸੀਂ ਮਹਾਨ ਚਿੱਤਰਕਾਰ ਸਰਦਾਰ ਕਿਰਪਾਲ ਸਿੰਘ, ਜੋ ਸਿੱਖ ਕੌਮ ਦੇ ਮਾਣ, ਜਿਨ੍ਹਾਂ ਨੇ ਸਿੱਖ ਕੌਮ ਲਈ ਆਪਣਾ ਜੀਵਨ ਲਾ ਦਿੱਤਾ ਅਤੇ ਸਿੱਖ ਕੌਮ ਦੇ ਇਤਿਹਾਸ ਨੂੰ ਪੜ੍ਹ ਕੇ ਫਿਰ ਉਹ 'ਤੇ ਚਿੱਤਰਕਾਰੀ ਕੀਤੀ। ਦੁਨੀਆਂ ਵਿੱਚ ਬਹੁਤ ਵੱਡੇ ਵੱਡੇ ਚਿੱਤਰਕਾਰ ਬੇਥਾ ਇਸ ਸੰਸਾਰ ਵਿੱਚ, ਕਿਉਂਕਿ ਉਸ ਮਾਲਕ ਦਾ ਸਾਜਿਆ ਹੋਇਆ ਸੰਸਾਰ ਬੇਥਾ ਹੈ ਅਤੇ ਬੇਥਾ ਹੀ ਇਸ ਵਿੱਚ ਕਲਾਕਾਰ ਹੋਏ ਹਨ ਅਲੱਗ ਅਲੱਗ। ਉਹਨਾਂ ਵਿੱਚੋਂ ਜਿਨ੍ਹਾਂ ਦਾ ਬਹੁਤ ਵੱਡਾ ਨਾਮ ਹੈ ਦੁਨੀਆਂ ਵਿੱਚ, ਲੀਨਾਰਡੋ ਹੋਇਆ, ਪਿਕਾਸੋ ਹੋਇਆ, ਵੈਨ ਗੋਗ, ਸਾਡੀ ਜਿਹੜੀ ਮਾਣਮੱਤੀ ਅੰਮ੍ਰਿਤਾ ਸ਼ੇਰਗਿੱਲ, ਇਹਨੇ ਵੀ ਇਨਕਲਾਬ ਕੀਤਾ ਮੁਸਾਫਰੀ ਵਿੱਚ। ਪਰ ਕਿਰਪਾਲ ਸਿੰਘ ਇੱਕ ਇਸ ਤਰ੍ਹਾਂ ਦਾ ਨਵੇਕਲਾ ਕਲਾਕਾਰ ਹੈ, ਨਵੇਕਲਾ ਆਰਟਿਸਟ ਹੈ, ਜਿਸ ਨੇ ਆਪਣੀ ਸਾਰੀ ਜ਼ਿੰਦਗੀ ਜੰਗਲਾਂ ਵਿੱਚ ਰਹਿ ਕੇ ਵੀ ਕੁਝ ਸਮਾਂ ਉਹਨੇ ਫਿਰ ਆ ਕੇ ਪ੍ਰਬੰਧਕ ਕਮੇਟੀ ਜਿਹੜੀ ਸੀ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਿੱਚ, ਉੱਥੇ ਪੇਂਟਿੰਗਾਂ ਕੀਤੀਆਂ। ਉਸ ਤੋਂ ਬਾਅਦ ਸਾਰੀ ਉਮਰ ਸਿੱਖ ਕੌਮ ਦੇ ਇਤਿਹਾਸ ਨੂੰ, ਉਹਦੀਆਂ ਕੁਰਬਾਨੀਆਂ ਨੂੰ ਚਿੱਤਰਨ ਦੇ ਉੱਤੇ ਲਾਇਆ। ਤੋ ਇਸ ਕਰਕੇ ਇਹ ਬਾਕਮਾਲ ਬੇਮਿਸਾਲ ਚਿੱਤਰਕਾਰ ਸਰਦਾਰ ਕਿਰਪਾਲ ਸਿੰਘ ਅਤੇ ਉਹਨਾਂ ਦੇ ਸਪੁੱਤਰ ਸਰਦਾਰ ਜਰਨੈਲ ਸਿੰਘ ਜੀ, ਜਿਹੜੇ ਕਿ ਅੱਜ ਕੱਲ੍ਹ ਵੈਨਕੂਵਰ ਵਿੱਚ ਸਰੀ ਦੇ ਵਿੱਚ ਆਪਣੇ ਪਰਿਵਾਰ ਸਮੇਤ ਉਹਨਾਂ ਦੇ ਅਮੀਰ ਵਿਰਸੇ ਨੂੰ ਸਾਂਭੀ ਬੈਠੇ ਹਨ ਅਤੇ ਉਸੇ ਰੰਗ ਨਾਲ, ਉਸੇ ਢੰਗ ਨਾਲ, ਉਸੇ ਅੰਦਾਜ਼ ਵਿੱਚ ਇਸ ਕਲਾ ਨੂੰ ਸਾਂਭ ਕੇ ਅਤੇ ਉਹ ਕਲਾ ਰਾਹੀਂ ਆਪਣੀ ਜੋ ਕਲਾਕਾਰੀ ਹੈ ਅਤੇ ਜੋ ਸਿੱਖੀ ਦਾ ਇਤਿਹਾਸ ਹੈ, ਜੋ ਕੁਦਰਤ ਦਾ ਇਤਿਹਾਸ ਹੈ, ਉਸਦੀ ਰੋਸ਼ਨੀ ਸਾਰੇ ਵਿੱਚ ਬਣ ਰਹੇ ਹਨ। ਅਤੇ ਅੱਜ ਅਸੀਂ ਸਰਦਾਰ ਕਿਰਪਾਲ ਸਿੰਘ, ਜਿਹੜੇ ਮਹਾਨ ਕਲਾਕਾਰ, ਜਿਨ੍ਹਾਂ ਨੂੰ ਸਾਨੂੰ ਕਹਿਣਾ ਚਾਹੀਦਾ ਹੈ ਕਿ ਉਹ ਸਾਡੇ ਸਿੱਖੀ ਦੇ ਮਾਣ ਹੀ ਨਹੀਂ, ਉਹ ਕਲਾ ਦੇ ਮਾਣ ਹਨ, ਕਲਾ ਨੂੰ ਉਹਨਾਂ ਦੇ ਮਾਣ। ਉਹਨਾਂ ਦਾ ਇੱਕ ਜਿਹੜਾ ਚਿੱਤਰ, ਕਲਾਕਾਰ ਕਿਰਪਾਲ ਸਿੰਘ ਜੀ ਦਾ ਚਿੱਤਰ ਜੋ ਬਣਾਇਆ ਗਿਆ ਕਵਿਤਾ ਵਿੱਚ, ਉਹ ਆਪ ਜੀ ਦੀ ਨਜ਼ਰ ਹੈ। ਉਹਨਾਂ ਹੈਡਿੰਗ ਹੈ ਤਖੈਲ ਨਾ ਚਿੱਤਰਕਾਰ। ਕਿਰਪਾਲ ਸਿੰਘ ਰੰਗਾਂ ਦਾ ਸਾਗਰ, ਬਾਕਮਾਲ ਬੇਮਿਸਾਲ ਨਿਧਾਨ ਸੀ। ਕਿਰਪਾਲ ਸਿੰਘ ਰੰਗਾਂ ਦਾ ਸਾਗਰ, ਬਾਕਮਾਲ ਬੇਮਿਸਾਲ ਨਿਧਾਨ ਸੀ, ਕੁਦਰਤ ਵਰਗਾ ਪੂਰਬ ਦੇ ਵਿੱਚ ਨਾਰਦਨ ਲਾਈਟਾਂ ਦਾ ਅਸਮਾਨ ਸੀ। ਕੁਦਰਤ ਵਰਗਾ ਪੂਰਬ ਦੇ ਵਿੱਚ ਨਾਰਦਨ ਲਾਈਟਾਂ ਦਾ ਅਸਮਾਨ ਸੀ। ਸਿੱਖੀ ਇਤਿਹਾਸ ਦਾ ਆਸ਼ਿਕ, ਸੰਸਾਰ ਦੇ ਇਤਿਹਾਸਾਂ ਦਾ ਵਿਦਵਾਨ ਸੀ। ਸਿੱਖੀ ਇਤਿਹਾਸ ਦਾ ਆਸ਼ਿਕ, ਸੰਸਾਰ ਦੇ ਇਤਿਹਾਸਾਂ ਦਾ ਵਿਦਵਾਨ ਸੀ। ਸਿੱਖੀ ਇਤਿਹਾਸ ਲਹੂ ਰੰਗਿਆ, ਕਰਦਾ ਰੰਗਾਂ ਵਿੱਚ ਬਿਆਨ ਸੀ। ਸਿੱਖੀ ਇਤਿਹਾਸ ਲਹੂ ਰੰਗਿਆ, ਕਰਦਾ ਰੰਗਾਂ ਵਿੱਚ ਬਿਆਨ ਸੀ। ਮੂੰਹ ਬੋਲਦੀਆਂ ਤਸਵੀਰਾਂ ਦੱਸਣ, ਸਿੱਖੀ ਕਿੰਨੀ ਨਿਡਰ ਬਲਵਾਨ ਸੀ। ਮੂੰਹ ਬੋਲਦੀਆਂ ਤਸਵੀਰਾਂ ਦੱਸਣ, ਸਿੱਖੀ ਕਿੰਨੀ ਨਿਡਰ ਬਲਵਾਨ ਸੀ। ਫਿਲਮਾਂ ਤੋਂ ਵੱਧ ਤਸਵੀਰਾਂ ਆਖਣ, ਗੁਰੂ ਸਿੱਖ ਕਿੰਨੇ ਮਹਾਨ ਸੀ। ਫਿਲਮਾਂ ਤੋਂ ਵੱਧ ਤਸਵੀਰਾਂ ਆਖਣ, ਗੁਰੂ ਸਿੱਖ ਕਿੰਨੇ ਮਹਾਨ ਸੀ। ਕੇਵਲ ਸਿੱਖੀ ਲਈ ਸਮਰਪਿਤ, ਉਹ ਸਰਵ ਕਲਾ ਪ੍ਰਧਾਨ ਸੀ। ਨਿੱਜੀ ਅਜਬ ਤਖੈਲ ਨਾਲ, ਨਿੱਜੀ ਅਜਬ ਤਖੈਲ ਨਾਲ ਉਹਨੇ ਤਸਵੀਰਾਂ ਵਿੱਚ ਪਾਈ ਜਾਨ ਸੀ। ਨਿੱਜੀ ਅਜਬ ਤਖੈਲ ਨਾਲ ਉਹਨੇ ਤਸਵੀਰਾਂ ਵਿੱਚ ਪਾਈ ਜਾਨ ਸੀ। ਜਰਨੈਲ ਸਿੰਘ ਨੂੰ ਕਿਰਪਾਲ ਸਿੰਘ ਤੋਂ ਮਿਲਿਆ ਕਲਾ ਇੱਕ ਵਰਦਾਨ ਸੀ। ਜਰਨੈਲ ਸਿੰਘ ਨੂੰ ਕਿਰਪਾਲ ਸਿੰਘ ਤੋਂ ਮਿਲਿਆ ਕਲਾ ਦਾ ਵਰਦਾਨ ਸੀ। ਕਿਰਪਾਲ ਸਿੰਘ ਜੀ ਕਿਰਪਾਲ ਹੋ ਕੇ, ਕਿਰਪਾਲ ਸਿੰਘ ਜੀ ਕਿਰਪਾਲ ਹੋ ਕੇ ਦਿੱਤਾ ਜਰਨੈਲ ਨੂੰ ਕਲਾ ਦਾਨ ਸੀ। ਨਿਰਭਉ ਨਿਰਵੈਰ ਵਿਰਾਗੀ ਤਿਆਗੀ, ਕਿਰਪਾਲ ਸਿੰਘ ਸੱਚਾ ਇਨਸਾਨ ਸੀ। ਨਿਰਭਉ ਨਿਰਵੈਰ ਵਿਰਾਗੀ ਤਿਆਗੀ, ਕਿਰਪਾਲ ਸਿੰਘ ਸੱਚਾ ਇਨਸਾਨ ਸੀ। ਆਲਮ ਦਾ ਕਲਾਕਾਰ ਲਸਾਨੀ, ਸਿੱਖੀ ਪ੍ਰੇਮ ਲਈ ਕੁਰਬਾਨ ਸੀ। ਆਲਮ ਦਾ ਕਲਾਕਾਰ ਲਸਾਨੀ, ਸਿੱਖੀ ਪ੍ਰੇਮ ਲਈ ਕੁਰਬਾਨ ਸੀ। ਕਿਰਪਾਲ ਸਿੰਘ ਰੰਗਾਂ ਦਾ ਸਾਗਰ, ਬਾ ਕਮਾਲ ਬੇਮਿਸਾਲ ਨਿਧਾਨ ਸੀ, ਕੁਦਰਤ ਵਰਗਾ ਪੂਰਬ ਦੇ ਵਿੱਚ ਨਾਰਦਨ ਲਾਈਟਾਂ ਦਾ ਅਸਮਾਨ ਸੀ। ਨਾਰਦਨ ਲਾਈਟਾਂ ਦਾ ਅਸਮਾਨ ਸੀ। ਸਰਦਾਰ ਕਿਰਪਾਲ ਸਿੰਘ ਉਹਨਾਂ ਨੂੰ ਨੇ 28 ਸੈਕਟਰ ਚੰਡੀਗੜ੍ਹ, ਉਹਨਾਂ ਦੀ ਕੋਠੀ ਵਿਖੇ ਨੇੜਿਓਂ ਕੰਮ ਕਰਦਿਆਂ ਨੂੰ ਵੇਖਿਆ, ਕਿਸ ਤਰ੍ਹਾਂ ਰੰਗਾਂ ਨਾਲ ਖੇਡਦੇ, ਕਿਸ ਤਰ੍ਹਾਂ
पांच पांच चेहरे दस दस चेहरे कट्ठे कई कई चेहरे बनाउंदे ते बहुत स्पीड नाल ते बहुत वधिया ढंग नाल काम करदे। इस तरह ही जरनैल सिंह होनी वो इंग्लैंड विच रहे, उस तो पहला असी पंजाब विच भी इन्होंने सुधार कॉलेज विच छेवें पातशाह दा एक सरूप बनाया सी। सो इंग्लैंड विच इत्थे स्टैटफोर्ड एवन विच एक गुरु नानक साहब दीयां चार उदासियां दे पेंटिंग बन रही सन, वो सारिया की जिम्मेवारी इन्हों की सी। सो असी काफ़ी समा कट्ठे रहे ते एक दूजे नूं जाणिया देखिया। सो ये जो कलाकारी नूं कलाकार नूं नेड़े होकर देखने का सुभाग जो मैनूं मिलिया, इसलिए मैं इन्हां लई काफ़ी खुल के ये इन्ना कुछ किया। सो ये गुरु कृपा करे कि साड़ी कौम ये असी रल के कलाकारां नूं ये सिख कौम की कला नूं उन्हां दीआं कुर्बानियां नूं सामने